ਪਏਗਾ। ਇਹ ਗਰਾਊਂਡ ਦੀ ਰਿਪੋਰਟ ਹੈ, ਕੋਈ ਕਿਸੇ ਚੈਨਲ ਤੋਂ ਪੈਸੇ ਦੇ ਕੇ ਲਵਾਈ ਹੋਈ ਰਿਪੋਰਟ ਨਹੀਂ ਹੈਗੀ, ਇਹ ਗਰਾਊਂਡ ਦੀ ਰਿਪੋਰਟ ਹੈ। ਗਰਾਊਂਡ ਦੇ ਵਿੱਚ ਤੁਸੀਂ ਘੁੰਮ ਕੇ ਦੇਖ ਲਓ, ਕਿਤੇ ਵੀ ਖੇਤ ਜਾ ਕੇ ਕੋਈ ਕੋਈ ਮੋਟਰ ਚੱਲ ਰਹੀ ਹੈ ਜਿਹਦੇ ਝੋਨੇ ਲੱਗੇ ਨੇ, ਝੋਨੇ ਚੱਲ ਪਏ ਤਾਂ ਤਕਰੀਬਨ ਮੋਟਰਾਂ ਖੜੀਆਂ ਨੇ, ਪਾਣੀ ਪੂਰਾ ਹੈਗਾ। ਕਹਿੰਦੇ ਵਿਰੋਧੀਆਂ ਦੀਆਂ ਹਿੱਕਾਂ ਮਚਾਤੀਆਂ, ਵਿਰੋਧੀਆਂ ਦੀਆਂ ਹਿੱਕਾਂ ਮਚਾਤੀਆਂ, ਸਤਾਉਜ ਵਾਲੇ ਮਾਨ ਜੱਟ ਨੇ ਝੋਨਾ ਲਾਉਣ ਵੇਲੇ ਮੋਟਰਾਂ ਖੜਾਤੀਆਂ, ਸਤਾਉਜ ਵਾਲੇ ਮਾਨ ਜੱਟ ਨੇ ਜੀਰੀ ਲਾਉਣ ਵੇਲੇ ਮੋਟਰਾਂ ਖੜਾਤੀਆਂ। ਆਮੀ ਦੋਸਤੋ ਖੜਿਆ ਪਿੰਡ ਕਾਂਜਲੇ, ਕੋਠੀ ਸਾਹਿਬ ਫੀਟਰ ਹੈਗਾ, ਕੋਠੀ ਸਾਹਿਬ ਫੀਟਰ ਦੀ ਲਾਈਟ ਹੁਣ ਤੱਕ ਚੱਲ ਰਹੀ ਹੈ, 14-14 ਘੰਟੇ ਲਾਈਟਾਂ ਚੱਲ ਰਹੀਆਂ ਨੇ, ਦੇਖੋ 14-14 ਘੰਟੇ ਲਾਈਟ ਚੱਲ ਰਹੀ ਹੈ, ਮੋਟਰਾਂ ਖੜੀਆਂ ਨੇਗੀਆਂ, ਬਹੁਤ ਜ਼ਿਆਦਾ ਲਾਈਟ ਦੀ ਸਪਲਾਈ ਇਹ ਸਰਕਾਰ ਨੇ ਦਿੱਤੀ ਹੈ। 80% ਮੋਟਰਾਂ ਬੰਦ ਨੇਗੀਆਂ, 80% ਮੋਟਰਾਂ ਬੰਦ ਨੇਗੀਆਂ, ਕੋਈ ਜਿਹੜਾ ਲਾ ਰਿਹਾ ਉਹੀ ਚੱਲਦੀ ਹੈ, ਜੀਰੀ ਲੱਗੀ ਵਾਲੇ ਸਾਰੇ ਬੰਦ ਨੇਗੀਆਂ। ਹਾਂ ਜਿਹਦੀਆਂ ਲੱਗੀਆਂ ਨੇ, ਮਤਲਬ ਜੀਰੀ ਚੱਲ ਪਈ ਤਕਰੀਬਨ ਬੰਦ ਹੈ, ਤੁਸੀਂ ਦੇਖ ਸਕਦੇ ਹੋ ਕੈਮਰੇ ਦੇ ਵਿੱਚ ਨਹੀਂ ਆ ਰਹੀਆਂ, ਉਹ ਸਾਡੇ ਆਂਢ ਗੁਆਂਢ ਜਿੰਨੀਆਂ ਮੋਟਰਾਂ ਨੇ ਉਹ ਮੋਟਰ ਬੰਦ ਹੈ, ਉਹ 2 ਬੰਦ ਹੈ, ਉਹ ਵੀ ਮੋਟਰ ਬੰਦ ਹੈ, ਜਾਣੀ ਕਿ ਸਾਰੀਆਂ ਮੋਟਰਾਂ ਬੰਦ ਨੇ। ਕਿਸਾਨ ਖੁਸ਼ ਨੇਗੇ, ਬਹੁਤ ਵਧੀਆ ਸਰਕਾਰ ਆਈ ਹੈ, 14 ਘੰਟੇ ਲਾਈਟ ਚੱਲਦੀ ਹੈ, ਸਾਰੇ ਮੋਟਰਾਂ ਬੰਦ ਖੜੀਆਂ ਨੇਗੀਆਂ, ਬਹੁਤ ਵਧੀਆ ਸਰਕਾਰ ਆਈ ਹੈ। ਵੀ ਦੇਖੋ ਜਿਹਨੇ ਵਿਰੋਧ ਕਰਨਾ ਹੈ ਉਹਨੇ ਤਾਂ ਵਿਰੋਧ ਕਰੀ ਹੀ ਜਾਣਾ ਹੈ, ਲੱਤਾਂ ਖਿੱਚਣੀਆਂ ਨੇ, ਲੱਤਾਂ ਖਿੱਚੀਆਂ ਜਾਣੀਆਂ ਨੇਗੀਆਂ। ਬਹੁਤ ਬਹੁਤ ਵਧੀਆ ਮੁੱਖ ਮੰਤਰੀ ਮਿਲਿਆ, ਕੋਈ ਕੋਲੇ ਦੀ ਘਾਟ ਨਹੀਂ, ਕੋਈ ਕਾਸੇ ਦੀ ਘਾਟ ਨਹੀਂ, ਅਸੀਂ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਮੋਟਰਾਂ ਬੰਦ ਦੇ ਸਿਲਸਿਲੇ ਦੇ ਵਿੱਚ ਹੀ ਅੱਗੇ ਇੱਕ ਹੋਰ ਕਿਸਾਨ ਕੋਲੇ ਖੜੇ ਹਾਂ, ਤਾਇਆ ਚਰਨਜੀਤ ਸਿੰਘ ਜੀ ਕੋਲੇ, ਉਹ ਦੇਖੋ ਮੋਟਰ ਪਿੱਛੇ ਬੰਦ ਹੈ, 4 ਮੋਟਰਾਂ ਪਿੱਛੇ 4 ਬੰਦ ਨੇ ਜੀ, 4 ਮੋਟਰਾਂ 4 ਬੰਦ ਨੇ। ਤਾਇਆ ਸਰਕਾਰ ਤੋਂ ਖੁਸ਼ ਹੋ? ਮੈਂ ਕਿਹਾ ਜੀ ਪੂਰਾ ਖੁਸ਼ ਹਾਂ, ਅੱਜ ਤਾਂ ਸਰਕਾਰ ਦੇ ਅੱਜ ਧੰਦ ਪਾ ਲਾ, ਅਸੀਂ ਤਾਂ ਸਰਕਾਰ ਹੀ ਦੇਖੀ ਕਦੇ ਇਹ ਜੀ, ਅਸੀਂ ਸਰਕਾਰ ਕਦੇ ਨੀ ਦੇਖੀ, ਨਾ ਹੋਵੇ ਸਰਕਾਰ ਇਹ ਜੀ, ਹੋਰ ਪਾਰਟੀ ਆ ਗਈ ਖਤਮ ਕਰ ਦੂ ਪੰਜਾਬ ਨੂੰ ਇਹ। ਦੇਖੋ ਜੀ 75 ਸਾਲ ਬਜ਼ੁਰਗਾਂ ਦੀ ਉਮਰ ਹੈ, ਇਹ ਝੂਠ ਤਾਂ ਨੀ ਬੋਲ ਰਹੇ ਹੈਗੇ, ਮਤਲਬ ਕਿ ਸੱਚਾ ਹੈ, ਮੋਟਰਾਂ ਖੜੀਆਂ ਨੇ ਠੇਕੇ ਦੇ, ਮੋਟਰਾਂ ਦੋ ਵੀ ਖੜੇ ਸਾਡੇ ਘਰ ਦੀਆਂ, ਦੋ ਮੋਟਰਾਂ ਉਹ ਵੀ ਖੜੀਆਂ ਨੇ, ਪਰਸੋਂ ਦੇ ਖੜੀਆਂ ਨੇ, ਲਾਈਟ ਜਾਣ ਦੀ ਫੁੱਲ ਹੈ, ਫੁੱਲ ਹੈ, ਘੰਟਾ ਦੋ ਘੰਟੇ ਚਲੋ ਲੋਡ ਪੈ ਜਾਂਦੀ ਬੰਦ ਕਰਦਾ। ਦੇਖੋ ਸਰਕਾਰ ਤੋਂ ਬਿਲਕੁਲ ਖੁਸ਼ ਹੋ? ਪੂਰੇ ਠੀਕ ਹੈ ਜੀ, ਠੀਕ ਹੈ। ਬਿਜਲੀ ਦੇ ਸਬੰਧ ਦੇ ਵਿੱਚ ਹੀ ਜਾਣਕਾਰੀ ਲੈਂਦੇ ਫਿਰਦੇ ਆ, ਤੇ ਅੱਗੇ ਇੱਕ ਹੋਰ ਸਾਡੇ ਕਿਸਾਨ ਵੀਰ ਕੋਲੇ ਖੜੇ ਆ, ਸਾਡੇ ਪਿੰਡ ਕਾਂਹਲਾ ਦੀ ਨੇ, ਕਿਸਾਨ ਪਰਮਜੀਤ ਸਿੰਘ ਬਾਈ ਗੋਨਾ। ਹਾਂ ਬਾਈ ਗੋਨੇ, ਕਿਵੇਂ ਲਾਈਟ ਦੀ ਸਪਲਾਈ? ਬਾਈ ਜੀ ਬਹੁਤ ਵਧੀਆ, ਲਾਈਟ ਚੱਲ ਰਹੀ ਹੈ ਤੇ 13-13 ਘੰਟੇ ਲਾਈਟ ਚੱਲ ਰਹੀ ਆ, ਤੇ 7-8 ਮੋਟਰਾਂ ਖੜੀਆਂ, 2 ਮੋਟਰਾਂ ਮੇਰੀਆਂ ਖੜੀਆਂ ਨੇ ਇਸ ਟਾਈਮ ਉਰੇ, ਉਹ ਖੜੀਆਂ ਵਾਲੀ, ਉਹ ਖੜੀਆਂ ਨੇ 2 ਮੇਰੀ ਵਾਲੀ, ਆਹ ਚਾਚੇ ਕੀ ਖੜੀ ਆ ਮੇਰੇ ਦੀ, ਆਹ ਰਾਣੇ ਮੈਂਬਰ ਦੀ ਖੜੀ ਹੈਗੀ, ਤੇ 5-6 ਮੋਟਰਾਂ ਉਰੇ ਬਾਈ ਬਹੁਤ ਵਧੀਆ ਖੜੀਆਂ ਨੇ, ਬਹੁਤ ਵਧੀਆ, ਧੰਨਵਾਦ ਹੈ ਸੀਐਮ ਪੰਜਾਬ ਸਰਕਾਰ ਦਾ, ਏਦੋਂ ਵਧੀਆ ਸਰਕਾਰ ਨੀ ਯਾਰ ਆ ਸਕਦੀ, ਵਧੀਆ ਸਰਕਾਰ ਕਦੇ ਵੀ ਨਹੀਂ ਆ ਸਕਦੀ, ਤੇ 30-35 ਸਾਲਾਂ ਦੇ ਵਿੱਚ ਪਹਿਲੀ ਵਾਰ ਹੋਇਆ ਕਿਹੜਾ 14-15 ਘੰਟੇ ਲਾਈਟ ਚੱਲ ਰਹੀ ਹੈ। ਦੇਖੋ ਜੀ ਸਾਰੇ ਲੋਕ, ਸਾਰੇ ਕਿਸਾਨ ਸਰਕਾਰ ਦਾ ਧੰਨਵਾਦ ਕਰ ਰਹੇ ਨੇ, ਚੰਗੀ ਸਰਕਾਰ ਹੈ ਦੋਸਤੋ, ਵਧੀਆ ਸਰਕਾਰ ਹੈ ਜੀ, ਦਿਲੋਂ ਧੰਨਵਾਦ ਕਰਦੇ ਹਾਂ, ਤੇ ਸੂਏ ਦੇ ਪਾਣੀ ਨੇ ਬਹੁਤ ਵਧੀਆ ਦਿੱਤਾ ਜੀ ਸਾਥ, ਤੇ ਹੈਗਾ ਕਿਤੇ ਪਹਿਲੀ ਵਾਰ ਹੋਇਆਗਾ ਕਿਹੜਾ 40-45 ਸਾਲਾਂ ਦੇ ਵਿੱਚ ਸਾਡੇ ਖੇਤਾਂ ਚ ਸੂਏ ਦਾ ਪਾਣੀ ਪਹੁੰਚਦਾ ਹੋਇਆਗਾ। ਇਹ ਗਰਾਊਂਡ ਦੀ ਰਿਪੋਰਟ ਹੈ, ਕੋਈ ਕਿਸੇ ਚੈਨਲ ਤੋਂ ਪੈਸੇ ਦੇ ਕੇ ਲਵਾਈ ਹੋਈ ਰਿਪੋਰਟ ਨਹੀਂ ਹੈਗੀ, ਇਹ ਗਰਾਊਂਡ ਦੀ ਰਿਪੋਰਟ ਹੈ। ਗਰਾਊਂਡ ਦੇ ਵਿੱਚ ਤੁਸੀਂ ਘੁੰਮ ਕੇ ਦੇਖ ਲਓ, ਕਿਤੇ ਵੀ ਖੇਤ ਜਾ ਕੇ ਕੋਈ ਕੋਈ ਮੋਟਰ ਚੱਲ ਰਹੀ ਹੈ ਜਿਹਦੇ ਝੋਨੇ ਲੱਗੇ ਨੇ, ਝੋਨੇ ਚੱਲ ਪਏ ਤਾਂ ਤਕਰੀਬਨ ਮੋਟਰਾਂ ਖੜੀਆਂ ਨੇ, ਪਾਣੀ ਪੂਰਾ ਹੈਗਾ। ਅੱਜ ਤੀਜਾ ਦਿਨ ਹੈ ਮੇਰੀਆਂ 2 ਮੋਟਰਾਂ ਖੜੀਆਂ ਨੂੰ ਉਰੇ, ਘਰ ਵਾਲੇ ਵਾਹਨ ਚ ਠੇਕੇ ਵਾਲੀਆਂ ਮੋਟਰਾਂ ਵੀ 2 ਖੜੀਆਂ ਨੇ ਜੀ। ਬਾਕੀ ਕਈ ਦੂਜੇ ਭਾਈਚਾਰੇ ਕਹਿੰਦੇ ਨੇ ਆਪਣੇ ਜਿਹੜੇ ਮਤਲਬ ਕਿਸਾਨੀ ਨਾਲ ਨਹੀਂ ਸੰਬੰਧਿਤ ਹੈਗੇ ਵੀ ਜੱਟ ਨੇਗੇ ਪਾਣੀ ਮੁਕਾ ਦੇਣਗੇ, ਜਾਂ ਮਤਲਬ ਕਿ ਐਂ ਹੋਜੂ ਬਾਹ ਜੂ, ਕਿਸਾਨਾਂ ਦਾ ਏਡਾ ਵੀ ਕਿਸੇ ਦਾ ਦਿਮਾਗ ਨਹੀਂ ਖਰਾਬ ਹੈਗਾ ਕਿ ਉਈ ਮੋਟਰਾਂ ਚਲਾਈ ਜਾਣਗੇ, ਵੀ ਜਿੰਨੀ ਕੁ ਲੋੜ ਹੁੰਦੀ ਹੈ ਉਨੀਆਂ ਕੀ ਮੋਟਰਾਂ ਚਲਾਉਂਦੇ ਨੇ। ਦੇਖ ਲਓ ਆਹ ਖੜੀ ਆਈ, ਆਹ ਖੜੀ ਹੈ ਮੋਟਰ, ਆਹ ਖੜੀ ਹੈ ਮੋਟਰ, ਹੁਣ ਕੋਈ ਤਾਂ ਦਿਲ ਕਰਦਾ ਵੀ 7 ਮੋਟਰਾਂ ਖੜੀਆਂ ਉਰੇ ਲਵੇ ਲਵੇ,
ਹਾਂ ਹੁਣ ਇਹਦਾ ਕੋਈ ਦਿਲ ਥੋੜੀ ਕਰਦਾ ਮਤਲਬ ਕਿ ਮੈਂ ਮੋਟਰ ਚਲਾ ਦੂੰਗਾ ਕੋਈ ਮਤਲਬ ਏਡਾ ਕੋਈ ਪਾਗਲ ਨਹੀਂ ਹੈਗਾ ਕੋਈ ਮਤਲਬ ਕਿ ਪਾਣੀ ਮਕਾਉਣ ਦਾ ਚੱਕਰ ਨਹੀਂ ਹੈਗਾ ਵੀ ਜਾਂ ਕਿਸਾਨ ਮਤਲਬ ਪਾਣੀ ਮਕਾ ਦੇਣਗੇ।